ਖੁਸ਼ੀ ਖੁਸ਼ੀ ਇਸ ਮੇਲੇ ਦਾ ਆਨੰਦ ਮਾਣ। ਸ਼੍ਰੀ ਹਰੀਸ਼ ਸਿੰਘਲਾ ਜੀ ਅਤੇ ਇਹਨਾਂ ਦੀ ਸਾਰੀ ਟੀਮ ਵੱਲੋਂ ਇੱਥੇ ਪਹੁੰਚਣ 'ਤੇ ਮਹਾਰਾਣੀ ਸਾਹਿਬ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਜੀ ਆਇਆਂ ਕਿਹਾ ਜਾ ਰਿਹਾ। ਦੇਖਾ ਜਾਏਗਾ ਲਗਨ ਤੋਂ ਮਸੇ ਲਕਸ਼ਮਣ ਜੀ ਦੇ ਜਦ ਵੀ ਰਾਮ ਜੀ ਦਾ ਅਸੀਂ ਨਾਮ ਲੈਂਦੇ ਹਾਂ ਤਾਂ ਮਾਤਾ ਸੀਤਾ ਦਾ ਨਾਮ ਉਹਨਾਂ ਤੋਂ ਪਹਿਲਾਂ ਲਿਆ ਜਾਂਦਾ ਜਿੱਥੋਂ ਵੀ ਸਾਨੂੰ ਪਤਾ ਚੱਲਦਾ ਸਾਡਾ ਗੌਰਵਮਈ ਇਤਿਹਾਸ ਦੇ ਬਾਰੇ। ਸੰਤੋਖ ਸਿੰਘ ਰੇਖਾ ਰਾਣ ਗਿੰਨੀ ਨਾਲ ਬਹੁਤ ਹੀ ਡਾਕਟਰ ਨਵੀਨ ਸਰੋਵਾਲ, ਪ੍ਰਵੀਨ ਗੋਇਲ ਜੀ, ਨਰੇਸ਼ ਕਾਕਾ ਜੀ, ਭਗਵਾਨ ਦਾਸ ਸ਼ਰਮਾ ਜੀ, ਤਰਸੇਮ ਬਾਂਸਲ ਜੀ, ਸਭੀ ਸ਼ਹਿਰ ਕੀ ਪ੍ਰੋਮਿਨੈਂਟ ਪਰਸਨੈਲਿਟੀ ਯਹਾਂ ਪੇ ਤਸ਼ਰੀਫ਼ਮਾਨ ਹੈ, ਡਾਕਟਰ ਸ਼੍ਰੀ ਪੀ ਡੀ ਗੁਪਤਾ ਸ਼ਾਮਲਾਲ, ਕਿਉਂਕਿ ਅੰਤ ਮੇਂ ਅਗਰ ਬੱਚੇ ਕੋ ਬੁਲਾਣਾ ਹੈ ਤੋ ਭਗਵਾਨ ਕਾ ਨਾਮ ਹੀ ਮੁਖ ਸੇ ਨਿਕਲੇ। ਆਜ ਕਲ ਕੇ ਨਾਮ ਤੋ ਬੜੇ ਅਜੀਬ ਹੋ ਗਏ ਹੈ। ਲਗਨ ਤੁਮ ਸੇ ਲਗਾ ਬੈਠੇ ਏਕ ਹੀ ਬਾਤ ਕਹੇਂਗੇ ਰਾਮ ਸੀਤਾ ਜੀ ਪਲੀਜ਼ ਆ ਸਾਰੀ ਟੀਮ ਇੱਥੇ ਆ ਜਾਵੇ। ਸਮਾਜ ਦੀਆਂ ਨੇ ਹਰ ਉਸ ਦੇ ਪ੍ਰਤੀਕ ਹੈਗਾ ਇਹ ਦਸ ਸਿਰਾਂ ਵਾਲਾ ਰਾਵਣ, ਇਹ ਕਾਮ ਕ੍ਰੋਧ ਦੀਆਂ ਨੇ, ਇਹ ਲੋਭ ਦੀਆਂ ਨੇ, ਚੋਰੀ ਦੀਆਂ ਨੇ, ਝੂਠ ਦੀਆਂ ਨੇ। ਦੁਸਹਿਰੇ ਦਾ ਮਹਾਂਪਰਵ ਆਜ ਵੀਰ ਗਿਕਦਰਾ ਗਾਉਂ ਪਟਿਆਲਾ ਮੇਂ ਬੜੀ ਧੂਮਧਾਮ ਸੇ ਮਨਾਇਆ ਗਿਆ। ਇਸਮੇਂ ਮੁੱਖ ਮੰਤਰੀ ਪੰਜਾਬ ਕੀ ਧਰਮ ਪਤਨੀ ਮਹਾਰਾਣੀ ਸ਼੍ਰੀਮਤੀ ਪ੍ਰਨੀਤ ਕੌਰ ਜੀ ਔਰ ਸਰਕਾਰ ਕੇ ਕਈ ਚੇਅਰਮੈਨ, ਵਾਈਸ ਚੇਅਰਮੈਨ ਔਰ ਕਈ ਸਮਾਜ ਸੇਵਕੋਂ ਨੇ ਯਹਾਂ ਹਿੱਸਾ ਲਿਆ। ਸਭੀ ਨੇ ਯਹਾਂ ਆਕਰ ਰਾਮ ਭਗਵਾਨ ਕਾ ਆਸ਼ੀਰਵਾਦ ਲਿਆ ਔਰ ਲਾਖੋਂ ਲੋਕੋਂ ਨੇ ਯਹਾਂ ਪਹੁੰਚ ਕਰ ਹਮਾਰੇ ਇਸ ਪਰਵ ਕੀ ਸ਼ੋਭਾ ਬੜਾਈ ਔਰ ਇਸ ਬਾਤ ਕੋ ਸੱਚ ਸਾਬਿਤ ਕੀਆ ਕਿ ਤ੍ਰੇਤਾ ਯੁੱਗ ਸੇ ਰਘੂ ਰੂਪ ਚਲੀ ਆ ਰਹੀ ਹੈ ਕਿ ਬੁਰਾਈ ਕੀ ਹਮੇਸ਼ਾ ਹਾਰ ਹੋਤੀ ਹੈ ਔਰ ਅੱਛਾਈ ਕੀ ਜੀਤ ਹੋਤੀ ਹੈ। ਉਸੀ ਕਾ ਮੈਸੇਜ ਹਮਨੇ ਆਜ ਵੀ ਯਹਾਂ ਸੇ ਦਿਆ। ਪਟਿਆਲੇ ਦੇ ਸ਼ਹਿਰ ਦੇ ਲੋਕਾਂ ਦੇ ਨਾਲ ਅਜੇ ਇਤਿਹਾਸ ਪਿੱਛੇ ਕਰ ਲੈ।